ਦੇਖੋ ਕਿੰਨੀ ਵੇਵੀ ਆ ਇਹ, ਤੁਹਾਨੂੰ ਫੀਲ ਹੋ ਹੀ ਰਿਹਾ ਹੋਣਾ, ਦੇਖ ਹੀ ਰਿਹਾ ਹੋਣਾ, ਦੇਖੋ ਕਿੰਨੇ ਐਂਗਲ 'ਤੇ ਮੁੜ ਰਹੀ ਹੈ, ਮਤਲਬ ਸਾਰੀ ਟਰਨ ਹੋ ਰਹੀ ਆ ਇਹ, ਅਤੇ ਬੋਟ 'ਤੇ ਲੱਗ ਜਾਣੀ ਹੈ ਹੁਣ ਬਸ ਇਹ। ਇੱਧਰ ਆ ਗਿਆ ਬੋਟ, ਆ ਜਾ ਰਹੀ ਹੈ ਇੱਧਰ ਬੋਟ ਵੱਲ। ਵਿਊ ਦੇਖੋ, ਵਿਊ ਦਾ ਤਾਂ ਬਸ ਜਿਵੇਂ ਐਂਡ ਹੀ ਲੱਗਿਆ ਪਿਆ, ਜਿਵੇਂ ਕਹਿੰਦੇ ਨੇ ਸਿਰਾ ਗੱਲਬਾਤ। ਆ ਗਿਆ ਜੀ ਪੈਨੇਸ਼ਾ, ਆਪਾਂ ਚੱਲੇ ਸੀ ਕੇਪ ਜਾਰਵਿਸ ਤੋਂ, ਅਤੇ ਕਰੀਬ 45 ਕੁ ਮਿੰਟ ਲੱਗਦੇ ਆ ਇਹਦੇ, 45 ਕੁ ਮਿੰਟ ਦੀ ਫੇਰੀ ਹੈ ਇਹ ਸਾਰੀ। ਅਤੇ ਇਹ 'ਚ ਐਂ ਲਾ ਲਓ ਵੀ 50 ਤੋਂ 60 ਗੱਡੀ ਆਰਾਮ ਨਾਲ ਆ ਜਾਂਦੀਆਂ ਨੇ। ਕੇਪ ਜਾਰਵਿਸ ਤੋਂ ਚੱਲਦੀ ਆ ਇਹ, ਅਤੇ ਪੈਨੇਸ਼ਾ ਜਾਂਦੀ ਆ, ਸਾਡਾ ਸਭ ਤੋਂ ਪਹਿਲਾ ਟਾਈਮ ਸੀ। ਇਹ ਤੋਂ ਬਾਅਦ ਸਾਡੇ ਕੋਲ ਟਾਈਮ ਵੀ ਨਹੀਂ ਸੀ ਹੈਗੇ, ਕਿਉਂਕਿ ਅਵੇਲੇਬਲ ਨਹੀਂ ਹੈਗੀ ਫੈਰੀਆਂ ਤੋਂ ਬਾਅਦ, ਸੋ ਤਾਂ ਹੀ ਅਸੀਂ ਪਹਿਲਾਂ ਸਿਲੈਕਟ ਕਰਿਆ ਸੀ ਇਹ। ਅਤੇ ਨਾਲੇ ਸਾਡੇ ਕੋਲ ਆਇਆ ਸੀ ਵੀ ਆਪਾਂ ਰਾਤ ਤਾਂ ਲਾਉਣੀ ਨਹੀਂ, ਇੱਥੇ ਪੂਰਾ ਦਿਨ ਘੁੰਮ ਕੇ ਸ਼ਾਮ ਨੂੰ ਵਾਪਸ ਜਾਣ ਦੀ ਸੋਚ ਰਹੇ ਸੀਗੇ। ਅਤੇ ਆਹ ਦੇਖੋ ਇੱਥੇ ਉਹਨੇ ਰਿਵਰਸ ਲਾ ਰਹੇ ਨੇ ਇਹ, ਸਾਰੇ ਰਿਵਰਸ ਲੱਗੂਗੀ ਹੁਣ। ਗੈਪ ਦੇਖੋ ਤੁਸੀਂ ਕਿੰਨਾ ਕੁ, ਮਤਲਬ ਕਿੰਨੀ ਐਕੂਰੇਸੀ ਨਾਲ ਕੈਪਟਨ ਨੇ ਪਾਰ ਕਰੀ ਹੈ ਇੱਥੇ ਫੈਰੀ। ਚਲੋ ਚੱਲੀਏ ਹੁਣ ਗੱਡੀ ਚੱਕਣੀ ਆ ਆਪਾਂ, ਅਤੇ ਨਾਲੇ ਸਮਾਨ ਸਮੂਨ ਚੱਕਣਾ ਅੰਦਰ ਰੱਖਿਆ ਹੋਇਆ ਸੀਗਾ।
ਨਹੀਂ ਇਹ ਆਪਣਾ ਰੋਪਸ ਨਾਲ ਆਟੋਮੈਟਿਕਲੀ ਥੱਲੇ ਜਾਊਗਾ ਗੇਟ। ਆ ਇੱਧਰ ਗੱਡੀਆਂ ਖੜੀਆਂ ਨੇ ਉਹ ਸਾਰੀਆਂ ਆਪਣੀ ਉੱਧਰ ਪਿੱਛੇ ਖੜੀ ਆ ਉਹ ਸਭ ਤੋਂ ਐਂਡ 'ਤੇ। ਕਿੰਗਸ ਕੋਟ ਪਹੁੰਚਣ ਲੱਗੇ ਜੀ ਆਪਾਂ ਪੈਨੇਸ਼ਾਹ ਤੋਂ ਚੱਲ ਕੇ ਅਤੇ ਇਹ 60 ਕਿਲੋਮੀਟਰ ਦਾ ਰਸਤਾ ਹੈਗਾ ਪੈਨੇਸ਼ਾਹ ਤੋਂ। ਸਵੇਰ ਦੇ 8 ਵੱਜ ਗਏ 3:30 ਵਜੇ ਦੇ ਘਰੇ ਨਿਕਲੇ ਹੋਏ ਹਾਂ। ਕਰੀਬ 4 ਘੰਟੇ ਲੱਗ ਹੀ ਜਾਂਦੇ ਨੇ ਕਿੰਗਸ ਕੋਟ ਆਉਣ ਨੂੰ। ਉਹ ਵੇਖੋ ਤੁਹਾਨੂੰ ਅਤੇ ਪਤਾ ਨਹੀਂ ਮੈਨੂੰ ਇਹ ਦਿਖਦਾ ਹੋਊਗਾ ਕਿ ਨਹੀਂ। ਕੈਂਗਰੂ ਦੀ ਪਿਕਚਰ ਬਣੀ ਹੋਈ ਆ। ਆਪਾਂ ਪਹੁੰਚ ਗਏ ਜੀ ਕਿੰਗਸ ਕੋਟ ਅਤੇ ਇੱਥੇ ਇੱਕ ਜਿਵੇਂ ਇਹਨੂੰ ਕੀ ਕਹਿੰਦੇ ਆ ਮੈਂ ਨਾਮ ਹੀ ਭੁੱਲ ਗਿਆ ਤਾਂ ਜੈਟੀ। ਇੱਥੇ ਇੱਕ ਜੈਟੀ ਬਣੀ ਹੋਈ ਆ। ਇੱਥੇ ਜਿਵੇਂ ਪਹਿਲਾਂ ਅਸੀਂ ਕੰਮ ਕਰਦਾ ਹੁੰਦਾ ਸੀ ਮੈਂ ਤਾਂ ਇੱਥੇ ਆਉਂਦੇ ਹੁੰਦੇ ਸੀਗੇ ਟਾਈਮ ਪਾਸ ਕਰਨ ਵਧੀਆ। ਅਤੇ ਸੀਨਰੀ ਬਹੁਤ ਸੋਹਣੀ ਬਣਦੀ ਇੱਥੇ ਅਤੇ ਬਾਕੀ ਲੋਕੇਸ਼ਨ ਵੀ ਬਹੁਤ ਵਧੀਆ। ਆ ਜੈਟੀ ਅਤੇ ਉਸ ਟਾਈਮ ਦਾ ਥੋੜ੍ਹਾ ਕੰਸਟਰਕਸ਼ਨ ਵੀ ਚੱਲ ਰਹੀ ਸੀ। ਸੀਲਾਂ ਵੀ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਵੈਸੇ ਆ ਲਿਖਿਆ। ਬਟ ਜਿੱਥੇ ਅਸੀਂ ਅੱਗੇ ਜਾਣਾ ਉੱਥੇ ਤਾਂ ਡੈਫੀਨੇਟਲੀ ਹੈਗੀਆਂ ਨੇ ਸੀਲਾਂ। ਇੱਥੇ ਸਾਨੂੰ ਇੱਕ ਉਹ ਵੀ ਦਿਖੀਆਂ ਸੀਗੀਆਂ ਕੀ ਸੀਗੀਆਂ ਯਾਰ ਉਹ ਵੇਲਸ ਟਾਈਪ ਸੀਗੀਆਂ ਬਾਕੀ ਕਨਫਰਮ ਨਹੀਂ ਆ ਕਿਉਂਕਿ ਫਿਨਸ ਦਿਖੀਆਂ ਸਾਨੂੰ ਉਹ ਸੀ। ਡੋਗੀਆਂ ਨੂੰ ਕਰ ਦਿੰਦੇ ਤੋਏ 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 ਆ ਜਾਏ।
ਆਪਣੇ ਉਹ ਕਿੱਦਾਂ ਫੈਂਸ ਉੱਪਰ ਕਰਕੇ ਕਰਦੀ ਹੋਈ ਹੈ। ਕਿੰਨਾ ਸੋਹਣਾ ਲੱਗ ਰਿਹਾ ਨਾ ਮੌਸਮ। ਉਹ ਜਿਹੜੀਆਂ ਅਸੀਂ ਵੇਲਾਂ ਕਹਿ ਰਹੇ ਸੀ ਨਾ ਤੁਹਾਨੂੰ, ਉਹ ਅਸਲ 'ਚ ਸੀਲਾਂ ਹੀ ਸੀਗੀਆਂ ਜੋ ਡਰੋਨ ਨਾਲ ਚੈੱਕ ਕੀਤਾ, ਅਤੇ ਮੈਂ ਵਿੱਚ ਸ਼ੋਟ ਪਾਊਂਗਾ, ਤੁਸੀਂ ਦੇਖਿਓ। ਜ਼ਿਆਦਾ ਨੇੜੇ ਨਾ ਜਾਈ ਯਾਰ। ਇੱਥੇ ਬਾਹਰ ਆਈ ਹੋਈ ਸੀਲਾਂ ਉਹ ਪੱਥਰ 'ਤੇ ਬੈਠੀਆਂ ਜੇ ਦਿਖਦੀਆਂ ਹੋਣਗੀਆਂ। ਲਿਖਿਆ ਹੋਇਆ ਵੀ ਇਹ ਨਾ ਸਟਾਫ ਇਹਨਾਂ ਨੂੰ ਕਰੰਟਲੀ ਮੋਨੀਟਰ ਕਰ ਰਿਹਾ, ਕੋਈ ਪ੍ਰੋਬਲਮ ਹੋਣੀ ਇਹਨਾਂ ਨੂੰ ਜਾਂ ਤਾਂ ਫਿਰ, ਤਾਂ ਕਰਕੇ ਆ ਇੱਥੇ ਬੋਰਡ ਲਾਏ ਹੋਏ ਇਹਨਾਂ ਨੇ। ਅਤੇ ਇੱਥੇ ਉਹ ਵੀ ਹੁੰਦੀ ਆ ਡਾਈਵਿੰਗ ਵੀ ਹੁੰਦੀ ਆ ਵਿੱਚ। ਇੱਥੇ ਡਾਈਵਿੰਗ ਵੀ ਹੁੰਦੀ ਆ ਉਹ ਸਪੈਸੀਫਿਕਲੀ ਇੱਥੇ ਇਸ ਏਰੀਏ 'ਚ। ਕੈਨੇਡਾ ਨਾਲੋਂ ਕਿੰਨਾ ਫਰਕ ਲੱਗਿਆ ਅੱਜ ਕੱਲ੍ਹ? ਫਰਕ ਚੀਜ਼ਾਂ ਕਈਆਂ ਦਾ ਫਰਕ ਹੈਗਾ, ਜਿਵੇਂ ਕੋਈ ਚੀਜ਼ ਮਤਲਬ ਜਿਹੜੀ ਜਿਹੜੀ ਉੱਥੋਂ ਨਾਲ ਵਧੀਆ ਲੱਗੀ ਹੋਵੇ ਕੋਈ ਇੱਦਾਂ ਦੀ ਚੀਜ਼। ਵਧੀਆ ਠੀਕ ਹੈ, ਇੰਨਾ ਕਰਾਊਡਡ ਜਾਂ ਨਹੀਂ ਹੈਗਾ ਇਹ, ਠੀਕ ਆਪਣੇ ਉੱਥੇ ਪੰਜਾਬੀ ਵਾਲੇ ਪਏ। ਹਾਂ, ਅਤੇ ਥੋੜ੍ਹਾ ਡਿਫਰੈਂਸ ਹੈਗਾ ਵੀ ਜਿਵੇਂ ਨੇਚਰ ਦਾ ਲਾਲਾ ਹੈ ਨਾ, ਟ੍ਰੀਸ ਵਗੈਰਾ ਥੋੜ੍ਹਾ ਡਿਫਰੈਂਟ ਆ। ਜਦੋਂ ਮੈਂ ਉਦੋਂ ਰਹਿੰਦਾ ਸੀ ਨਾ ਇੱਥੇ, ਕੰਸਟਰਕਸ਼ਨ ਇਹ ਚੱਲ ਰਹੀ ਸੀ, ਉਦੋਂ ਬਾਅਦ ਜਮਾਂ ਸਿੰਪਲ ਪਤਲਾ ਜਿਹਾ ਏਰੀਆ ਹੁੰਦਾ ਸੀ ਅੱਗੇ ਸਿਰੇ ਤੱਕ ਜਾਣ ਦਾ, ਬਟ ਆ ਇਹਨਾਂ ਨੇ ਹੁਣ ਇੱਥੇ ਟੇਬਲ ਵਗੈਰਾ ਲਗਾ ਅਤੇ ਆਹ ਓਪਨ ਏਰੀਆ ਕਰਤਾ, ਇਹ ਬਾਅਦ 'ਚੋਂ ਹੋਇਆ ਇਹ। ਮੈਂ ਤਾਂ ਇਹ ਦੇਖ ਕੇ ਹੈਰਾਨ ਹੁੰਦਾ ਵੀ ਇੰਨੀਆਂ ਪੁਰਾਣੀਆਂ ਜਿਹੜੀਆਂ ਲੱਕੜ ਦੀਆਂ ਥੱਲੇ ਉਹ ਪਾਏ ਹੋਏ ਨੇ ਬਾਲੇ ਲਾ ਲਾ, ਉਹ ਇੰਨੇ ਪੁਰਾਣੇ ਆ ਪਿੱਲਰ, ਉਹ ਦੇਖ ਪਿੱਲਰ, ਮਤਲਬ ਆਪਣੇ ਤਾਂ ਉੱਦਾਂ ਹੀ ਖਰਾਬ ਹੋ ਜਾਣੇ। ਇਹਦਾ ਨਹੀਂ ਪਰ ਮੈਨੂੰ ਪਤਾ ਲੱਗਿਆ ਵੀ ਕਦੇ ਕੀ ਸੀਗਾ ਇਹ ਚੀਜ਼, ਉਹ ਵਾਲਾ ਇਹ ਐਂਡ ਵਾਲਾ ਪਾਰਟ। ਨਾਲੇ ਇਹ ਹੈਗਾ ਵੀ ਸਾਲਾ ਉਹਦਾ ਇਹ ਸਟੀਲ ਦਾ। ਹਾਂ, ਮੈਨੂੰ ਲੱਗਦਾ ਤਾਂ ਹੀ ਹੈ ਕਿਉਂਕਿ ਇੱਥੇ ਬੰਨ ਦਿੰਦੇ ਹੋਣਗੇ ਨਾ ਐਂਕਰ ਆਹ ਗੋਲ ਜਿਹੇ ਅਤੇ ਵੱਡੇ 'ਤੇ। ਹੈਗਾ ਜੀ ਕਿੰਗਸ ਕੋਟ ਦਾ ਵਿਊ।
ਠੰਡ ਹੋਈ ਪਈ ਆ ਬਹੁਤ। ਟੈਂਪਰੇਚਰ ਤਾਂ ਵੈਸੇ 11 ਹੀ ਆ ਪਰ ਹਵਾ ਬਹੁਤ ਚੱਲਦੀ ਹੈ ਅਤੇ ਹੱਥ ਠੰਡੇ ਨੇ ਪੂਰੇ। ਚਲੋ ਜੀ ਚੱਲਦੇ ਹਾਂ ਆਪਾਂ ਅਗਲੀ ਡੈਸਟੀਨੇਸ਼ਨ 'ਤੇ ਅਤੇ ਇੱਥੇ ਦਿਖਾਉਂਦੇ ਜਾਵਾਂਗੇ ਤੁਹਾਨੂੰ ਰਸਤੇ 'ਚ ਵਿਊ ਅਤੇ ਮੇਨ ਸਟਰੀਟ ਤੋਂ ਹੁੰਦੇ ਹੋਏ ਜਾਵਾਂਗੇ ਆਪਾਂ ਅਤੇ ਨਾਲ ਵੀਡੀਓ ਵੀ ਆਪਾਂ ਔਨ ਹੀ ਰੱਖਾਂਗੇ। ਆਹ ਮੇਨ ਹੋਟਲ ਆ ਗਿਆ, ਜਿਹੜਾ ਮੇਨ ਹੋਟਲ ਹੈ ਇੱਥੇ ਦਾ ਕਿੰਗਸ ਕੋਟ ਦਾ ਓਜ਼ੋਨ ਹੋਟਲ। ਮੇਨ ਸਟਰੀਟ ਸੀਗੀ ਸਾਰੀ ਅਤੇ ਹੁਣ ਆਪਾਂ ਸੀ ਸਾਈਡ ਤੋਂ ਹੋ ਕੇ ਚੱਲਦੇ ਹਾਂ। ਕਿੰਨਾ ਟਾਈਮ ਰਹੇ ਇੱਥੇ? ਇੱਥੇ ਲਾਇਆ ਸੀ ਮੈਂ 8-9 ਮਹੀਨਾ। ਇੱਕ ਆਹ ਹੋਟਲ ਵੀ ਬਹੁਤ ਵਧੀਆ ਹੈਗਾ, ਜੇ ਮਤਲਬ ਆਪਾਂ ਰਿਵਿਊ ਦੇ ਮਾਮਲੇ 'ਚ ਕਹੀਏ ਤਾਂ ਬਹੁਤ ਚੰਗਾ ਹੋਟਲ ਆ। ਓਜ਼ੋਨ ਨੰਬਰ 1 'ਤੇ ਹੈ, ਇਹਦਾ ਸੀ ਵਿਊ ਹੋਟਲ ਹੈ, ਇਹ ਬਹੁਤ ਵਧੀਆ ਇਹਦਾ ਵੀ ਮੋਟੇਲ ਮੋਟੇਲ। ਸਮਰ ਦੇ ਵਿੱਚ ਤਾਂ ਟੂਰਿਸਟ ਬਹੁਤ ਆਉਂਦੇ ਹੋਣੇ ਇੱਥੇ, ਸਮਰ 'ਚ ਹੀ ਜ਼ਿਆਦਾ ਆਉਂਦੇ ਆ ਨਾ, ਠੰਡ 'ਚ ਤਾਂ ਫਿਰ ਲੋਕਲ ਹੀ ਰਹਿ ਜਾਂਦੇ ਆ। ਸਮਰ 'ਚ ਤਾਂ ਇਹ ਹੁੰਦਾ ਵੀ ਇੰਟਰਨੈਸ਼ਨਲ ਟੂਰਿਸਟ ਵੀ ਆਉਂਦੇ ਆ ਨਾ ਇੱਥੇ, ਕਿਉਂਕਿ ਕਰੂਜ਼ ਵਗੈਰਾ ਜਿਹੜੇ ਵੀ ਹੁੰਦੇ ਆ ਵੱਡੇ, ਰੋਇਲ ਕਰੇਬੀਅਨ ਵਗੈਰਾ ਜਿਹੜੇ ਚੱਲਦੇ ਆ, ਜਿਹੜੇ ਨਿਊਜ਼ੀਲੈਂਡ ਜਾਂਦੇ ਆ, ਉਹ ਵਾਇਆ ਕੈਂਗਰੂ ਆਈਲੈਂਡ ਹੋ ਕੇ ਜਾਂਦੇ ਆ। ਠੀਕ ਹੈ ਠੀਕ ਹੈ। ਅਤੇ ਉਹ ਵੀ ਇੱਥੇ ਸਪੈਸੀਫਿਕਲੀ ਇਹ ਏਰੀਏ ਦੇ ਵਿੱਚ ਕਿੰਗਸ ਕੋਟ ਹੋ ਕੇ ਜਾ। ਇੱਥੇ ਕੋਈ ਜ਼ੂ ਵਗੈਰਾ ਵੀ ਬਣਿਆ ਹੋਇਆ? ਜ਼ੂ ਨਹੀਂ ਹੈਗਾ, ਇੱਕ ਰੈਪਟਰ ਡੋਮੇਨ ਕਰਕੇ ਪਲੇਸ ਹੈ ਇੱਥੇ। ਆਪਾਂ ਸੋਚ ਰਹੇ ਹਾਂ ਵੀ ਆਪਾਂ ਉੱਥੇ ਜਾਵਾਂਗੇ, ਬਾਕੀ ਦੇਖਦੇ ਹਾਂ ਕਿਵੇਂ ਆਪਣਾ ਪਲਾਨ ਬਣਦਾ ਜਾਂਦੇ ਜਾਂਦੇ। ਠੀਕ ਹੈ, ਟਾਈਮ ਦੇ ਅਕੋਰਡਿੰਗ ਨਾ। ਟਾਈਮ ਦੇ ਅਕੋਰਡਿੰਗ ਆਓ। ਸਾਹਮਣੇ ਹੋਟਲ ਹੈ, ਮੋਟਲ ਜਿੱਥੇ ਮੈਂ ਹੁੰਦਾ ਸੀਗਾ, ਜਿੱਥੇ ਮੈਂ ਕੰਮ ਕਰਦਾ ਹੁੰਦਾ। ਓਕੇ ਓਕੇ। ਮੋਟਲ ਕੋਈ ਮਾੜਾ ਨਹੀਂ, ਸ਼ਾਨਦਾਰ ਲੱਗਦਾ ਪਿਆ, ਬਹੁਤ ਸ਼ਾਨਦਾਰ ਮੋਟਲ ਹੈ। ਹੂੰ, ਨੋ ਡਾਊਟ। ਪਰ ਪ੍ਰੋਬਲਮ ਸਿਰਫ ਇਹਨਾਂ ਨੂੰ ਮੈਨੇਜ ਕਰਨ ਵਾਲਿਆਂ ਦੀ ਹੈ, ਉਹ ਆਪਣੇ ਬੰਦੇ ਨੇ ਅਤੇ ਉਹ ਸਿਰੇ 'ਤੇ ਠੱਗ ਨੇ। ਮੈਨੇਜਮੈਂਟ ਮੈਨੇਜਮੈਂਟ ਹਾਂ, ਉਹ ਸਿਰੇ ਦੀ ਠੱਗ ਹੈ ਸਿਰਫ ਆਪਦੇ ਬੈਨੀਫਿਟ ਲਈ। ਹਾਂ, ਕਿਉਂਕਿ ਜਦੋਂ ਮੈਂ ਇੱਥੇ ਸੀਗਾ ਉਦੋਂ 7-8 ਬੰਦਿਆਂ ਨਾਲ ਇਹਨਾਂ ਨੇ ਠੱਗੀ ਮਾਰੀ ਆ। ਅਤੇ ਜਿਹੜਾ ਮੈਂ ਤੈਨੂੰ ਕੈਫੇ ਦੱਸਿਆ ਸੀ ਮੈਂ ਉੱਥੇ ਕੰਮ ਕਰਦਾ ਸੀ, ਇਹਨਾਂ ਦਾ ਹੀ ਸੀ। ਓਕੇ, ਇਹ ਤਾਂ ਐਮਪਲੋਈਜ਼ ਨੂੰ ਹਰਾਸ ਕਰਨ ਵਾਲਾ ਕੰਮ ਹੈ। ਉਹ ਤਾਂ ਹੈਗਾ ਹੀ, ਪੇ ਵੀ ਮਾਰ ਲੈਣੀ। ਪਤਾ
ਪੇ ਵੀ ਮਾਰ ਲੈਣੀ, ਕੰਮ ਵੀ ਕਰਾ ਲੈਣਾ, ਸਭ ਨੂੰ ਪਤਾ ਇੱਥੇ। ਵਿਊ ਬਹੁਤ ਸੋਹਣਾ।